ਸਟ੍ਰਾ ਫਲੂਟ ਬਣਾਉਣ ਲਈ ਤੁਹਾਨੂੰ ਇੱਕ ਸਟ੍ਰਾ ਅਤੇ ਇੱਕ ਕੈਂਚੀ ਦੀ ਲੋੜ ਹੈ। ਇੱਕ ਸਟ੍ਰਾ ਦੇ ਦੋ ਹਿੱਸੇ ਕਰੋ, ਛੋਟੇ ਟੁਕੜੇ ਤੇ ਵੀ ਆਕਾਰ ਦਾ ਕੱਟ ਲਗਾਓ। ਵੱਡੀ ਸਟ੍ਰਾ ਦੇ ਹਿੱਸੇ ਵਿਚਕਾਰ ਚਾਰ ਕੱਟ ਲਗਾਓ। ਬੰਸਰੀ ਦੀ ਤਰ੍ਹਾਂ ਵਜਾਉਣ ਤੇ ਅਤੇ ਲਗਾਤਾਰ ਕੱਟੀ ਜਾਣ ਤੇ ਵੱਖ ਵੱਖ ਧੁਨੀਆਂ ਸੁਣ ਸਕਦੇ ਹੋ।